ਅਸੀਂ ਉੱਥੇ ਰੇਲਵੇ ਸਟੇਸ਼ਨ 'ਤੇ ਜਾਂਦੇ ਸੀਗੇ, ਤੁਰੇ ਜਾਂਦੇ ਸੀ, ਉੱਧਰੋਂ ਮੁਸਲਮਾਨਾਂ ਦੀ ਭਰੀ ਹੋਈ ਗੱਡੀ ਆਈ ਅਤੇ ਲਾਈਨ ਖੁੱਲ੍ਹੀ ਸੀ ਸ਼ਾਇਦ, ਖੋਲ੍ਹ ਦਿੱਤੀ, ਉਹ ਗੱਡੀ ਟੇਢੀ ਹੋ ਗਈ, ਆਰਮੀ ਸੀ, ਉਹਨਾਂ ਨੇ ਫਾਇਰ ਖੋਲ੍ਹ ਦਿੱਤਾ। ਫਾਇਰ ਖੋਲ੍ਹਣ ਦੇ ਨਾਲ ਜਿਹੜੇ ਆਲੇ ਦੁਆਲੇ ਬੰਦੇ ਅਸੀਂ ਸੀਗੇ, ਇੱਧਰਲੇ ਸਿੱਖ ਸੀ ਜਾਂ ਕੋਈ ਵੀ ਸਵਾਰੀ ਸੀਗੀ, ਉਹ ਅਸੀਂ ਵੀ ਭੱਜ ਲਿਆ ਆਪਦੇ ਛੁਪਾ ਦੀ ਖਾਤਰ। ਉੱਥੇ ਘਰ ਤਾਂ ਬਹੁਤ ਹੀ ਵਧੀਆ, ਜਿਹੜੀ ਜ਼ਿੰਦਗੀ ਸੀ ਸਾਡੀ ਬਹੁਤ ਹੀ ਅਪਡੇਟ ਸੀਗੀ। ਜਾਣੀ ਅਸੀਂ ਸਾਹਿਬ, ਮੈਂ ਤੁਹਾਨੂੰ ਇੱਕ ਦੱਸ ਸਕਦਾ ਵੀ ਅਸੀਂ ਜਿਹੜੀ ਜੁੱਤੀ ਜਿਹਨੂੰ ਕਹਿ ਦਿੰਦੇ ਚੰਮ ਦੀ ਜੁੱਤੀ ਨਹੀਂ ਸੀ ਪਾਈ, ਅਸੀਂ ਗਰਗਾਬੀਆਂ ਹੀ ਪਾਉਂਦੇ ਸੀ। ਲੋਕਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਚੰਗੀ ਸੀ, ਜਿੰਨੀ ਉੱਥੇ ਸਹੂਲਤ ਸੀ ਸਾਨੂੰ ਲਾਇਲਪੁਰ ਦੇ ਵਿੱਚ ਹਾਲੇ ਤੱਕ ਇੱਥੇ ਸਾਨੂੰ ਮਿਲੀ ਨਹੀਂ ਹੈਗੀ। ਹਾਲੇ ਤੱਕ ਸਾਡਾ ਮਨ ਉਹ ਚੀਜ਼ 'ਤੇ ਜ਼ਿਆਦਾ ਜਾਂਦਾ ਵੀ ਅਸੀਂ ਉੱਥੇ ਬਹੁਤ ਸੌਖੇ ਸੀ। ਉਹਨਾਂ ਦਾ ਮੋਹ ਆਉਂਦਾ, ਮੈਨੂੰ ਆਉਂਦਾ, ਉਹ ਨਿਆਮਤ ਮਰ ਗਿਆ ਬੇਸ਼ੱਕ, ਮੈਨੂੰ ਹਾਲੇ ਤੱਕ ਉਹਦਾ ਨਾਂ ਯਾਦ ਆ, ਮੇਰੇ ਨਾਲ ਪੜ੍ਹਦਾ ਸੀ। ਮੇਰਾ ਹਾਲੇ ਵੀ ਜੀਅ ਕਰਦਾ ਜੇ ਵੀਜ਼ਾ ਹੋਵੇ ਤਾਂ ਮੈਂ ਆਪਦੇ ਪਿੰਡ ਜਾ ਸਕਦਾ, ਮੈਂ ਸਭ ਨੂੰ ਜਾਣਦਾ, ਮੈਂ ਅੱਜ ਵੀ ਜਾਣ ਨੂੰ ਤਿਆਰ ਹਾਂ ਉੱਥੇ, ਨਾਲੇ ਤੁਰਿਆ ਨਹੀਂ ਜਾਂਦਾ। ਜਾਣੀ ਇੰਨਾ ਮੋਹ ਆਉਂਦਾ ਉਹਨਾਂ ਲੋਕਾਂ ਦਾ ਹਾਲੇ ਤੱਕ ਦਾ। ਜਦੋਂ ਪਾਕਿਸਤਾਨ ਬਣਿਆ 1947 ਦੇ ਵਿੱਚ, 2 ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਅਸੀਂ ਮੁੱਲਾਪੁਰ ਪੜ੍ਹਦੇ ਸੀਗੇ। ਛੁੱਟੀਆਂ ਤੋਂ ਬਾਅਦ ਅਸੀਂ ਜਦੋਂ ਮੁੱਲਾਪੁਰ ਸਕੂਲ 'ਚ ਗਏ, ਸਾਰਿਆਂ ਦੀ ਦੁਆ ਹੋਈ, ਪ੍ਰੇਅਰ ਹੋਈ, ਉਹਦੇ ਨਾਲ ਹੀ ਪ੍ਰਿੰਸੀਪਲ ਨੇ, ਹੈੱਡ ਮਾਸਟਰ ਹੁੰਦਾ ਸੀ ਉਦੋਂ, ਉਹਨਾਂ ਨੇ ਅਨਾਊਂਸ ਕਰ ਦਿੱਤਾ ਵੀ ਪਾਕਿਸਤਾਨ ਬਣ ਗਿਆ, ਤੁਸੀਂ ਆਪਦੇ ਘਰਾਂ ਨੂੰ ਚਲੇ ਜਾਓ ਸਾਰੇ। ਅਸੀਂ ਉਸ ਵੇਲੇ ਬਹੁਤ ਇਸ ਉਮਰ ਦੇ ਵਿੱਚ ਡਰ ਗਏ ਸੀਗੇ, ਕਿਉਂਕਿ ਉਮਰ ਵੀ ਛੋਟੀ ਸੀ। ਮੈਂ 7ਵੀਂ ਪਾਸ ਕਰਕੇ 8ਵੀਂ ਦੇ ਵਿੱਚ ਦਾਖਲ ਹੋਣਾ ਸੀ। ਅਸੀਂ ਭੱਜੇ ਬੱਸ 'ਤੇ ਚੱਕ ਕੇ ਆਪਦੇ ਘਰਾਂ 'ਚ ਆ ਗਏ, ਮੁੜ ਕੇ ਅਸੀਂ ਸਕੂਲ ਨਹੀਂ ਗਏ। ਮੁੰਡੇ ਸਾਡੇ ਨਾਲ ਪੜ੍ਹਦੇ ਸੀ, 5 ਵਰਡ ਦੇ, ਮੁਹੰਮਦ ਅਲੀ ਸੀਗਾ ਸਾਡੇ ਪਿੰਡ ਦਾ ਮੁੰਡਾ, ਇੱਕ ਨਿਆਮਤ ਸੀ ਮੁਸਲਮਾਨਾਂ ਦਾ ਮੁੰਡਾ ਸੀ। ਅਖੀਰ ਉਹਦੀ ਉੱਥੇ ਸਾਡੇ ਰਹਿੰਦੇ 'ਤੇ ਡੈਥ ਹੋ ਗਈ ਸੀ ਵਿਚਾਰੇ ਦੀ। ਜਾਣੀ ਉਸ ਤੋਂ ਬਾਅਦ ਅਸੀਂ ਇੱਕ ਦੂਸਰੇ ਨੂੰ ਮਿਲੇ ਨਹੀਂ ਹੈਗੇ, ਦੋਸਤਾਂ ਨੂੰ ਵੀ ਨਹੀਂ ਮਿਲੇ ਅਸੀਂ। ਪਿੰਡਾਂ ਦੇ ਆਲੇ ਦੁਆਲੇ ਦੇ 5 ਵਾਰਡ, ਭੋਲੇਵਾਲ, 5 ਗਰਾਈਆਂ, ਘਿਆਲਾ, ਟੋਟੀਆਂ, ਇਹ ਪਿੰਡਾਂ ਦੇ ਬੱਚੇ ਸੀਗੇ ਜਿਹੜੇ ਸਾਡੇ ਨਾਲ ਉੱਥੇ ਪੜ੍ਹਦੇ ਸੀਗੇ, ਕਾਫੀ ਪਿੰਡ ਸੀ। ਬਹੁਤ ਡਰ ਵਾਲਾ ਮਾਹੌਲ ਸੀਗਾ, ਮੁਸਲਮਾਨ ਆ ਗਏ, ਮੁਸਲਮਾਨ ਆ ਗਏ ਹੁੰਦੀ ਸੀਗੀ, ਅਸੀਂ ਛੋਟੇ ਸੀ, ਡਰ ਜਾਂਦੇ ਸੀ। ਪਰ ਸਾਡਾ ਪਿੰਡ ਇਕੱਠ ਬਹੁਤ ਸੀ ਸਾਡੇ ਪਿੰਡ ਦਾ, ਅਤੇ ਉਹ ਵੀ ਅਸੀਂ ਦੇਖਿਆ ਵੀ ਉਹ ਤੋਪ ਦੇ ਹਿਸਾਬ ਨਾਲ ਲਾਏ ਹੋਏ ਗੱਡੇ 'ਤੇ, ਉਹ ਭੁਗਣਾ ਜਿਹਾ ਹੁੰਦਾ ਸੀ, ਸਾਨੂੰ ਤਾਂ ਤੋਪ ਹੀ ਕਹਿ ਦਿੰਦੇ ਸੀ, ਪਰ ਉਹ ਅੱਜ ਦੇ ਜ਼ਮਾਨੇ ਦੇ ਨਾਲ ਦੇਖੀਏ ਤਾਂ ਤੋਪ ਨਹੀਂ ਸੀ ਹੁੰਦੀ, ਵੈਸੇ ਪ੍ਰੋਵੀਜ਼ਨਲ ਚੀਜ਼ਾਂ ਬਣਾਈਆਂ ਹੋਈਆਂ ਸੀ। ਉਹ ਵੀ ਮੈਂ ਦੇਖੀਆਂ ਨੇ ਗੱਡੇ 'ਤੇ ਲੱਦ ਕੇ, ਉਹ ਰਾਹਾਂ ਦੇ ਉੱਤੇ ਲਾਈਆਂ ਹੋਈਆਂ ਸੀਗੀਆਂ। ਉੱਥੇ ਜਾਣੀ ਮੈਂ ਜਿੰਨਿਆਂ ਨੂੰ ਕੁਝ ਜਾਣਦਾ, ਤੇਲੀ ਦੇ ਘਰ ਸੀਗੇ ਸਾਡੇ, ਇੱਕ ਨੂਰ ਮੁਹੰਮਦ ਦਾ ਇੱਕ ਜੱਟਾਂ ਦਾ ਘਰ ਸੀ, ਉਹ ਮੁਸਲਮਾਨਾਂ ਦਾ ਇੱਕੋ ਹੀ, ਉਹਨਾਂ ਨੂੰ ਇੱਕ ਮਰੱਬਾ ਸੀ, ਉਹ ਤਾਂ ਉੱਥੇ ਰਹਿ ਗਏ। ਬਾਕੀ ਭਰਾਈ ਸੀਗੇ, ਨੂਰਾ ਸੀ, ਮਾਮਦੀਨ ਸੀ, ਉਹ ਬੱਕਰੀਆਂ ਚਾਰਦੇ ਹੁੰਦੇ ਭਰਾਈ, ਕਾਲੂ ਤੇਲੀ ਸੀ, ਉਹਦੇ ਕੋਹਲੂ ਹੁੰਦਾ ਸੀ। ਮੈਂ ਵੀ ਆਪਦੀ ਉਮਰ ਦੇ ਵਿੱਚ ਉਸ ਵੇਲੇ 12-13 ਸਾਲ ਦੀ ਉਮਰ ਦੇ ਵਿੱਚ ਮੈਂ ਵੀ ਸਰੋਂ ਦੀ ਕਹਾਣੀ ਕਢਾ ਕੇ ਲਿਆਇਆ, ਕੋਹਲੂ ਦੇਖਿਆ ਅੰਦਰ ਚੱਲਦਾ, ਕੋਠੇ ਦੇ ਅੰਦਰ ਹੀ ਚੱਲਦਾ ਹੁੰਦਾ ਸੀ। ਜਦੋਂ ਪਾਕਿਸਤਾਨ ਬਣ ਗਿਆ, ਫਿਰ ਸਾਡੇ ਪਿੰਡ ਦਾ ਅਮਰ ਸਿੰਘ ਸੀਗਾ, ਉਹਦੀ ਜ਼ਿਆਦਾ ਪੁੱਛਗਿੱਛ ਜ਼ਿਆਦਾ ਸੀ, ਜ਼ੈਲਦਾਰ ਸੀ। ਮੇਰਾ ਫਾਦਰ ਅਤੇ ਨੰਬਰਦਾਰ ਸ਼ੇਰ ਸਿੰਘ ਅਤੇ ਇਹਨਾਂ ਦੀ ਦੋਸਤੀ ਜ਼ਿਆਦਾ ਸੀਗੀ। ਜ਼ੈਲਦਾਰ ਅਮਰ ਸਿੰਘ ਦਾ ਇੱਕ ਦੋਸਤ ਸੀਗਾ ਲਾਇਲਪੁਰ ਦੇ ਵਿੱਚ, ਸ਼ਾਹਨਵਾਜ਼ ਖਾਨ, ਜਿਹੜਾ ਕਿ ਉਸ ਵੇਲੇ ਤਾਂ ਨਹੀਂ ਇੰਨਾ ਪਤਾ ਸੀਗਾ, ਹੁਣ ਸਾਨੂੰ ਪਤਾ ਲੱਗਦਾ ਵੀ ਉਹ ਗੌਰਮੈਂਟ ਦੇ ਵਿੱਚ ਵੀ ਮਿਨਿਸਟਰ ਸੀ। ਸਾਨੂੰ 3 ਘਰਾਂ ਦੇ, ਅਸੀਂ ਸਕੈਲਟਨ ਪਰਿਵਾਰ, ਬੱਚੇ ਇੱਕ ਇੱਕ, ਅਮਰ ਸਿੰਘ ਦੇ 3 ਬੱਚੇ, ਉਹਦੇ ਘਰ ਵਾਲੀ, ਉਹਦੇ ਕੁੜੀ ਵੀ, ਇਹ ਅਸੀਂ ਉਹਨਾਂ ਦੇ ਘਰ ਚਲੇ ਗਏ। ਸਾਨੂੰ ਲੈ ਗਏ ਕਾਰ ਦੇ ਵਿੱਚ ਲੱਦ ਕੇ, ਸ਼ਾਹਨਵਾਜ਼ ਦੇ ਘਰ ਲਾਇਲਪੁਰ ਰਹੇ ਅਸੀਂ 7 ਦਿਨ, ਫਿਰ ਅਸੀਂ ਕੈਂਪ 'ਚ ਚਲੇ ਗਏ। ਪਾਕਿਸਤਾਨ ਦਾ ਡਰ ਤਾਂ ਬਹੁਤ ਹੀ ਸੀਗਾ, ਬਾਕੀ ਫੈਮਲੀਆਂ ਸਾਡੀਆਂ ਸਾਰੀਆਂ ਪਿੰਡ ਦੇ ਵਿੱਚ ਯੂਨਾਈਟ ਹੋ ਕੇ ਰਹੇ। 10 ਕੁ ਦਿਨ ਅਸੀਂ ਕੈਂਪ ਦੇ ਵਿੱਚ ਵੀ ਰਹੇ, ਉਦੋਂ ਬਾਅਦ ਮਿਲਟਰੀ ਦੀ ਇੱਕ ਸ਼ਿਫਟ ਦੇ ਨਾਲ ਟਰੱਕਾਂ ਦੇ ਵਿੱਚ ਸਾਨੂੰ, ਮਿਲਟਰੀ ਟਰੱਕਾਂ ਦੇ ਵਿੱਚ ਵੀ ਸਾਨੂੰ ਲਾਹੌਰ ਦੇ ਰਾਹ ਹਿੰਦੁਸਤਾਨ 'ਚ ਅੰਮ੍ਰਿਤਸਰ ਦੇ ਕੋਲ ਛੱਡ ਗਏ। ਉਹ ਕਾਰ ਵਾਪਸ ਮੁੜ ਗਈ,
ਅਸੀਂ ਉੱਥੇ ਰੇਲਵੇ ਸਟੇਸ਼ਨ 'ਤੇ ਜਾਂਦੇ ਸੀਗੇ, ਤੁਰੇ ਜਾਂਦੇ ਸੀ, ਉੱਧਰੋਂ ਮੁਸਲਮਾਨਾਂ ਦੀ ਭਰੀ ਹੋਈ ਗੱਡੀ ਆਈ ਅਤੇ ਲਾਈਨ ਖੁੱਲ੍ਹੀ ਸੀ, ਸ਼ਾਇਦ ਉਹ ਖੋਲ੍ਹ ਲਿੱਤੀ, ਉਹ ਗੱਡੀ ਟੇਢੀ ਹੋ ਗਈ। ਗੱਡੀ ਟੇਢੀ ਹੋ ਗਈ ਤਾਂ ਉਹਦੇ ਨਾਲ ਜਿਹੜੀ ਪਠਾਨ ਮਿਸ ਆਰਮੀ ਸੀ ਉਹਨਾਂ ਨੇ ਫਾਇਰ ਖੋਲ੍ਹ ਦਿੱਤਾ। ਫਾਇਰ ਖੋਲ੍ਹਣ ਦੇ ਨਾਲ ਜਿਹੜੇ ਆਲੇ ਦੁਆਲੇ ਬੰਦੇ ਅਸੀਂ ਸੀਗੇ, ਇੱਧਰਲੇ ਸਿੱਖ ਸੀ ਜਾਂ ਕੋਈ ਵੀ ਸਵਾਰੀ ਸੀਗੀ, ਉਹ ਅਸੀਂ ਵੀ ਭੱਜ ਲਿਆ ਆਪਦੇ ਛਪਾ ਦੀ ਖਾਤਰ। ਅਤੇ ਸਾਡੇ ਨਾਲ ਲੇਡੀ ਸੀ, ਉਹਦਾ ਛੋਟਾ ਜਿਹਾ ਬੱਚਾ ਸੀ, ਉਹ ਵੀ ਸਿੱਟ ਕੇ ਉਹ ਵੀ ਭੱਜ ਗਈ। ਅਸੀਂ 15 ਕੁ ਮਿੰਟ ਦੇ ਬਾਅਦ ਇਕੱਠੇ ਜਦੋਂ ਹੋਏ, ਹੌਲੀ ਹੌਲੀ ਕਿਸੇ ਦੀ ਚੱਪਲ ਲੈ ਗਈ, ਕਿਸੇ ਦੇ ਕੋਈ ਚੀਜ਼ ਸੀਗੀ, ਉਹ ਹੀ ਸਿੱਟ ਕੇ ਭੱਜ ਗਿਆ। ਜਾਣੀ ਸ਼ੈਲਟਰ ਦੇ ਵਿੱਚ ਅਸੀਂ ਜਾ ਵੜੇ ਵੀ ਅਸੀਂ ਆਪਦੇ ਆਵਾਜ਼ ਨੂੰ ਬਚਾ ਸਕੀਏ। ਉਹ ਜਦੋਂ ਵਾਪਸ ਇਕੱਠੇ ਹੋਏ, ਉਹ ਲੜਕੀ ਮੈਨੂੰ ਪੁੱਛਦੀ ਆ ਵੀ ਉਹ ਮੁੰਡਾ ਕਿੱਥੇ ਆ। ਮੈਂ ਕਿਹਾ ਮੁੰਡਾ ਤਾਂ ਹੁਣ ਤੇਰੇ ਕੋਲ ਸੀਗਾ, ਮੈਨੂੰ ਤਾਂ ਪਤਾ ਨਹੀਂ ਮੁੰਡੇ ਦਾ ਕਿੱਥੇ ਆ। ਕਹਿੰਦੀ ਤੇ ਭੱਜ ਕੇ ਦੇਖੋ ਕਿੱਥੇ ਆ। ਉਹ ਲਾਈਨ 'ਤੇ ਪਿਆ, ਮੈਂ ਚੱਕ ਲਿਆ, ਚੱਕ ਕੇ ਲਿਆ ਕੇ ਉਹਨੂੰ ਮੁੰਡਾ ਦਿੱਤਾ। ਉੱਥੋਂ ਫਿਰ ਭਾਅ ਜੀ ਅਸੀਂ ਫਿਰ ਟਰੱਕ ਦੇ ਵਿੱਚ ਆਏ ਤਾਂ ਲੁਧਿਆਣੇ ਆ ਗਏ। ਲੁਧਿਆਣੇ ਤੋਂ ਅਸੀਂ ਜਿੱਥੇ ਜਿੱਥੇ ਕੋਈ ਸਕੀਰੀ ਨੇੜੇ ਦੀ ਸੀਗੀ, ਅਸੀਂ ਉਸ ਲੜਕੀ ਦੇ ਨਾਲ ਹੀ ਜਿਹਦਾ ਬੱਚਾ ਡਿੱਗਿਆ ਸੀ ਉਹਦੇ ਨਾਲ ਹੀ ਉਹਨਾਂ ਦੇ ਪਿੰਡ ਦੁੱਗਰੀ ਚਲੇ ਗਏ। ਇਹ ਗੁਰਦੀਪ ਨੰਬਰਦਾਰ ਸ਼ੇਰਸਾਂ ਦਾ ਮੁੰਡਾ ਸੀਗਾ, ਇਹਦਾ ਛੋਟਾ ਭਰਾ ਸੀਗਾ ਜਿਹੜਾ ਰਿਸ਼ਪਾਲ, ਉਹ ਮੇਰੇ ਨਾਲ ਆਇਆ ਸੀ ਉਸ ਘਰ ਦੇ ਵਿੱਚੋਂ, ਉਹ ਆਇਆ ਸੀ ਇਕੱਲਾ ਮੈਂਬਰ। ਉੱਥੇ ਰਹਿ ਕੇ ਅਸੀਂ ਫਿਰ ਆਪਦੇ ਪਿੰਡ ਨੂੰ ਪਿੱਛੇ ਨੂੰ ਸੋਚਿਆ ਵੀ ਆਪਦੇ ਪਿੰਡ ਨੂੰ ਜਾਈਏ। ਮੇਰੀ ਸਕੀਰੀ ਸੀਗੀ ਕਟਾਰੀ ਰਾੜਾ ਸਾਹਿਬ ਦੇ ਕੋਲ, ਮੇਰੇ ਮਾਸੜਾਂ ਦਾ ਨਾਂ ਮੈਂ ਜਾਣਦਾ ਸੀ, ਅਦਰਵਾਈਜ਼ ਨੂੰ ਤਾਂ ਸਾਨੂੰ ਨਹੀਂ ਸੀ ਪਤਾ ਵੀ ਪਿੰਡ ਕਿੱਥੇ ਕਾ। ਉਹਨਾਂ ਦੇ ਨਾਂ ਜਾਣਦਾ ਸੀ, ਪਿੰਡ ਦਾ ਨਾਂ ਜਾਣਦਾ ਸੀ ਮੈਂ। ਫਿਰ ਮੈਂ ਉੱਥੇ ਨੂੰ ਆ ਗਏ, ਅਸੀਂ ਸ਼ਾਮ ਅਸੀਂ ਸਵੇਰੇ ਚੱਲੇ ਅਤੇ ਸ਼ਾਮ ਤੱਕ ਅਸੀਂ ਪਹੁੰਚ ਗਏ ਪੈਦਲ ਹੀ। ਰਾਹ 'ਚ ਮੀਂਹ ਬਹੁਤ ਪਿਆ ਹੋਇਆ ਸੀ, ਬੱਟਾਂ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਸੀ ਹੋਈ ਹੋਈ, ਅਤੇ ਗਾਹੇ ਬਗਾਹੇ ਹੁੰਦੇ। ਅਸੀਂ ਜਾਣੀ ਪਹੁੰਚ ਗਏ ਸ਼ਾਮ ਨੂੰ 4 ਵਜੇ, ਦੇਖਿਆ ਤਾਂ ਉਹ ਦਰਵਾਜ਼ੇ ਵਿੱਚ ਇੱਕ ਬਜ਼ੁਰਗ ਪਿਆ ਸੀ। ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਮੈਂ ਦੱਸਿਆ ਵੀ ਮੈਂ ਅਸੀਂ ਪਾਕਿਸਤਾਨ 'ਚੋਂ ਆਏ ਹਾਂ ਅਤੇ ਮੈਂ ਬਾਬੂ ਸਿਓ ਅਤੇ ਬਚਨ ਸਿਓ ਮੇਰੇ ਮਾਸੜ ਨੇ। ਉਹ ਬਜ਼ੁਰਗ ਨੇ ਕਿਹਾ ਮੈਂ ਹੀ ਹਾਂ ਬਾਬੂ ਸਿਓ। ਚਲੋ ਬੜਾ ਚਾਅ ਚੜ੍ਹਿਆ ਸਾਨੂੰ, ਉਹ ਘਰ ਲੈ ਗਿਆ, ਦੁੱਧ ਪੀਤਾ, ਅਸੀਂ ਉੱਥੇ ਵੀ 5-4 ਦਿਨ ਰਹੇ। ਉਸ ਤੋਂ ਬਾਅਦ ਫਿਰ ਉਹ ਮੇਰੀ ਮਾਸੀ ਦਾ ਘਰ ਸੀ, ਮੈਂ ਤਾਂ ਉੱਥੇ ਰਹਿ ਗਿਆ। ਪਾਲ ਜਿਹੜਾ ਰਿਸ਼ਪਾਲ ਸੀਗਾ ਉਹਨੂੰ ਲਹਿਰ ਛੱਡ ਕੇ ਆਏ, ਉਹਦਾ ਤਾਇਆ ਸੀ ਇੱਥੇ ਪਿਛਲੇ ਪਿੰਡ ਦੇ ਵਿੱਚ, ਤਾਇਆ ਦਾ ਪਰਿਵਾਰ ਸੀ ਸਾਰਾ, ਜ਼ਿਮੀਦਾਰ ਸੀ ਉਹ ਵੀ, ਨੰਬਰਦਾਰ ਸੀ, ਉਹ ਉੱਥੇ ਆ ਗਿਆ। ਉਸ ਤੋਂ ਬਾਅਦ ਫਿਰ ਮੈਂ ਆਪਦੇ ਪਿੰਡ ਆ ਗਿਆ, ਪਿੰਡ ਰਹੇ ਅਸੀਂ 1 ਮਹੀਨੇ ਦੇ ਅੰਦਰ ਅੰਦਰ। ਫਿਰ ਉੱਧਰੋਂ ਗੱਡੇ ਜਿਹੜੇ ਕਾਫਲੇ ਆਏ ਸੀਗੇ ਗੱਡੇ ਵਾਲੇ, ਉਹ ਅਸੀਂ 1 ਮਹੀਨੇ ਦੇ ਵਿੱਚ ਅਸੀਂ ਇਕੱਠੇ ਹੋ ਗਏ, ਸਾਰਾ ਪਰਿਵਾਰ ਹੀ ਇੱਥੇ ਆ ਗਿਆ, ਪਿੰਡ ਹੀ ਇੱਥੇ ਆ ਗਿਆ ਸਾਡੇ ਪਿੰਡ ਹੀ। ਜਿੰਨਾ ਜਿਹਦਾ ਕੋਈ ਸਾਧ ਸਖੀਰੀ ਸੀਗੀ ਉਹ ਉਹਨਾਂ ਦੇ ਘਰ, ਹੋਰ ਤਾਂ ਕਿਸੇ ਕੋਲ ਕੁਛ ਹੈ ਨਹੀਂ ਸੀ, ਉਹ ਆਪਦੇ ਘਰਾਂ ਦੇ ਵਿੱਚ ਹੀ ਉਹਨਾਂ ਨੇ ਐਡਜਸਟ ਕਰ ਲਏ। 10-10, 20-20 ਦਿਨ ਉਸ ਤੋਂ ਬਾਅਦ ਉਹਨਾਂ ਨੇ ਆਪਦਾ ਚਾਰਾ ਵਾਰਾ ਸ਼ੁਰੂ ਕਰ ਲਿਆ, ਪਸ਼ੂ ਡਾਂਗਾਂ ਦਾ ਵੀ ਉਹਨਾਂ ਨੇ ਸਾਂਭਿਆ, ਐਵੇਂ ਕਹੀਏ। ਅਤੇ ਕੁਛ ਦਿਨ ਰਹਿਣ ਤੋਂ ਬਾਅਦ 1948 ਦੇ ਵਿੱਚ ਸਾਨੂੰ ਜ਼ਮੀਨਾਂ ਅਲਾਟ ਹੋਣ ਵਾਸਤੇ ਸਾਡੇ ਬਜ਼ੁਰਗਾਂ ਨੇ ਕੋਸ਼ਿਸ਼ ਕੀਤੀ, ਇੱਧਰ ਉੱਧਰ ਗਏ, ਜ਼ਮੀਨਾਂ ਦੇਖੀਆਂ ਇਕੱਠੇ ਹੋ ਕੇ, ਕਿਤੇ ਹੋਰ ਵੀ ਦੇਖੀਆਂ ਸੀਗੀਆਂ। ਉਹ ਤੋਂ ਬਾਅਦ ਪਤਾ ਲੱਗਿਆ ਵੀ ਟੱਪੇ ਦੀ ਜ਼ਮੀਨ ਜਿੰਨੀ ਵੀ ਹੈਗੀ ਠੀਕ ਆ, ਇਸ ਨੂੰ ਗੱਡੀ ਵੀ ਜਾਂਦੀ ਆ, ਇੱਕ ਸਾਧਨ ਇਹ ਵੀ ਹੈਗਾ, ਅਤੇ ਨਹਿਰੀ ਪਾਣੀ ਵੀ ਪੈਂਦਾ ਥੋੜ੍ਹਾ ਜਿਹਾ। ਇੱਕ ਸੂਬਾ ਸੀ ਸਾਡੇ ਜਾਣੀ ਪਿੰਡ ਦੇ ਮੋਹਤਬਰ ਬੰਦਿਆਂ ਨੇ, 4-5 ਬੰਦਿਆਂ ਨੇ ਇਕੱਠੇ ਹੋ ਕੇ ਇਹ ਸਿਲੈਕਟ ਕੀਤਾ ਵੀ ਇੱਥੇ ਜ਼ਮੀਨ ਕਟਾਈਏ ਤਾਂ ਠੀਕ ਰਹੂ, ਕਿਉਂਕਿ ਆਵਾਜਾਈ ਦਾ ਸਾਧਨ ਵੀ ਹੈਗਾ। ਸੋ ਚਲੋ ਮੈਂ ਵੀ ਆਪਣੇ ਫਾਦਰ ਦੇ ਨਾਲ ਇੱਥੇ ਆ ਗਿਆ ਵੀ ਮੈਂ ਉੱਥੇ ਉਸ ਵੇਲੇ 7ਵੀਂ 'ਚ ਪਾਸ ਕਰਕੇ 8ਵੀਂ 'ਚ ਸੀ। ਅਸੀਂ ਜਦੋਂ ਆਏ ਟੱਪੇ ਆ ਗਏ, ਡਿਸਟ੍ਰਿਕਟ ਬਰਨਾਲਾ ਸੀ ਉਸ ਵੇਲੇ ਵੱਜਦਾ, ਟੱਪਾ ਮੰਡੀ ਸੀ, ਇੱਥੇ ਆ ਗਏ। ਇੱਥੇ ਸਾਨੂੰ ਟੈਂਪਰੇਰੀ ਘਰ ਮਿਲ ਗਏ, ਇਹ ਉਸ ਵੇਲੇ ਵੀ ਬਰਨਾਲਾ ਸੀਗਾ। ਬਰਨਾਲਾ ਕੱਟ ਕੇ ਫਿਰ ਸੰਗਰੂਰ ਵੱਡਾ ਬਣਿਆ, ਸੰਗਰੂਰ ਏਡਾ ਵੱਡਾ ਜ਼ਿਲ੍ਹਾ ਬਣ ਗਿਆ ਅਤੇ ਅਹਿਮਦਗੜ੍ਹ ਮੰਡੀ ਤੱਕ ਲੁਧਿਆਣੇ ਦਾ ਏਰੀਆ ਵੀ ਆ ਗਿਆ, ਇੱਧਰ ਟੱਪੇ ਤੱਕ ਵੀ ਆ ਗਿਆ। ਯਾਨੀ ਸੰਗਰੂਰ ਬਹੁਤ ਵੱਡਾ ਡਿਸਟ੍ਰਿਕਟ ਬਣ ਗਿਆ। ਮੇਰਾ ਖਿਆਲ ਹੈ ਵੀ ਪੰਜਾਬ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਡਿਸਟ੍ਰਿਕਟ ਇਹੀ ਸੀ ਉਸ ਵੇਲੇ। ਅਮਰ ਸਿੰਘ ਸੀਗਾ ਸਾਡੇ, ਉਹ ਸੰਗਰੂਰ ਐਡਜਸਟ ਹੋ ਗਿਆ। ਉਹ ਭਾਈ ਉਹ ਕੁੱਤੇ ਭਜਾਉਂਦਾ ਹੁੰਦਾ ਸੀ ਰਾਜੇ ਦੇ ਨਾਲ, ਉਹਦਾ ਸਹਿਚਾਰ ਬਹੁਤ ਜ਼ਿਆਦਾ ਸੀ, ਪਹਿਲਾਂ ਵੀ ਆਉਂਦਾ ਹੁੰਦਾ ਸੀ, ਸ਼ਿਕਾਰ ਖੇਡਦਾ ਸੀਗਾ।
ਅਸੀਂ 15-20 ਘਰ ਇੱਥੇ ਆ ਕੇ ਸੈਟਲ ਹੋ ਗਏ, ਬਾਕੀ ਕੋਈ ਕਿਤੇ ਚਲੇ ਗਿਆ, ਕੋਈ ਕਿਤੇ ਚਲੇ ਗਿਆ। ਉੱਧਰ ਜਿਹੜੇ ਦੋਸਤ ਸੀ ਸਾਡੇ ਮਹਮਦ ਅਲੀ ਸੀ ਅਤੇ ਨਿਆਮਤ ਅਲੀ ਸੀ, ਇਹ ਸਾਡੇ ਮੁਸਲਮਾਨਾਂ ਦੇ ਮੁੰਡੇ ਮੇਰੇ ਨਾਲ ਜਿਹੜੇ ਪੜ੍ਹਦੇ ਹੁੰਦੇ ਸੀ, ਉਹ ਦੋ ਤਿੰਨ ਦੇ ਯਾਦ ਨੇ। ਇਹ ਮੁੱਲਾਂਪੁਰ ਦੇ ਸੀਗੇ, ਜੀਤੂ ਸੀ, ਹੋਰ ਵੀ ਦੋ ਤਿੰਨ ਮੁੰਡੇ ਸੀਗੇ। ਉਹਨਾਂ ਨੂੰ ਰਾਏਕੋਟ ਜ਼ਮੀਨ ਅਲਾਟ ਹੋਈ, ਉਹਨੂੰ ਮੈਂ ਮਿਲਦਾ ਵੀ ਰਿਹਾ। ਉੱਥੇ ਘਰ ਤਾਂ ਬਹੁਤ ਹੀ ਵਧੀਆ, ਜਿਹੜੀ ਜ਼ਿੰਦਗੀ ਸੀ ਸਾਡੀ ਬਹੁਤ ਹੀ ਅਪਡੇਟ ਸੀਗੀ। ਜਾਣੀ ਅਸੀਂ ਸਾਹਿਬ, ਮੈਂ ਤੁਹਾਨੂੰ ਇੱਕ ਦੱਸ ਸਕਦਾ ਵੀ ਅਸੀਂ ਜਿਹੜੀ ਜੁੱਤੀ ਜਿਹਨੂੰ ਕਹਿੰਦੇ ਨਾ ਚੰਮ ਦੀ ਜੁੱਤੀ ਨਹੀਂ ਸੀ ਪਾਈ, ਅਸੀਂ ਗਰਗਾਬੀਆਂ ਹੀ ਪਾਉਂਦੇ ਸੀ। ਲੋਕਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਚੰਗੀ ਸੀ, ਫਰਟੀਲਿਟੀ ਜ਼ਮੀਨ ਦੀ ਬਹੁਤ ਜ਼ਿਆਦਾ ਸੀ, ਕਿਉਂ ਹੁਣ ਸਾਨੂੰ ਪਤਾ ਲੱਗਦਾ ਨਾ, ਇੰਨੀ ਜ਼ਮੀਨ ਦੀ ਫਰਟੀਲਿਟੀ ਸੀਗੀ, ਇੰਨਾ ਪਾਣੀ ਸੀਗਾ, ਇੱਕ ਕਿੱਲੇ ਨੂੰ ਇੱਕੋ ਹੀ ਨਕੇ 'ਚ ਪਾਣੀ ਲੱਗਦਾ ਸੀ, ਫਸਲ ਬਹੁਤ ਹੁੰਦੀ ਸੀ, ਆਮਦਨ ਲੋਕਾਂ ਨੂੰ ਬਹੁਤ ਸੀ। ਲਾਇਲਪੁਰ ਸਾਨੂੰ ਨੇੜੇ ਲੱਗਦਾ ਸੀ, ਪੱਕੀ ਸੜਕ ਲੱਗਦੀ ਸੀ ਸਾਡੇ ਪਿੰਡ ਨੂੰ, ਨੜ ਵਾਲੇ ਬੰਗਲੇ ਤੱਕ ਪੱਕੀ ਸੜਕ ਜਾਂਦੀ ਸੀ ਸਾਡੇ, ਉਦੋਂ ਬਾਅਦ ਜਰਨੈਲੀ ਸਾਡੇ ਪਿੰਡ ਨੂੰ ਜਾਂਦੀ ਸੀ। ਅਤੇ ਉਹ ਪਿੰਡ ਵੀ ਮੇਰੇ ਸਾਰੇ ਯਾਦ ਦੇ, ਲਾਇਲਪੁਰ ਦੇ ਨਾਲ ਹੀ ਝੂਟ ਚੱਕ ਸੀ, ਭੋਲੇਆਲ ਸੀ, ਪੰਜ ਗਰਾਈਆਂ, ਧਰੌੜਾਂ, ਇਹੋ ਜਿਹੇ ਪਿੰਡ ਨੇ, ਘਿਆਲਾ, ਟੋਟੀਆਂ, ਇਹਨਾਂ ਦੀਆਂ ਟੀਮਾਂ ਸੀਗੀਆਂ। ਜਿਹੜੇ ਚੇਤ ਦੀ ਮੰਡੀ ਲੱਗਦੀ ਸੀ ਡੰਗਰਾਂ ਦੀ, ਘੋੜਿਆਂ ਦੀ, ਅੱਡ ਅੱਡ ਬਹੁਤ ਵੱਡੀ ਡੰਡੀ ਮੰਡੀ ਹੁੰਦੀ ਸੀ, ਇਹ ਬਹੁਤ ਹੀ ਵੱਡੀ। ਘੋੜੇ ਭਜਦੇ ਸੀ, ਕੁੱਤੇ ਭਜਾਉਂਦੇ ਸੀ, ਸ਼ਿਕਾਰੀ ਕੁੱਤੇ ਭਜਾਉਂਦੇ ਸੀ, ਸਾਡੇ ਪਿੰਡ ਦਾ ਅਮਰ ਸਿੰਘ, ਉਹਦਾ ਵੀ ਘੋੜਾ ਭਜਦਾ ਸੀ, ਇਹ ਆਮ ਦੇਖਣ ਜਾਂਦੇ ਸੀ। ਅਸੀਂ 8 ਦਿਨ ਹੀ ਜਾਂਦੇ ਰਹਿੰਦੇ ਸੀ, ਸ਼ਾਮ ਨੂੰ ਘਰ ਮੁੜਨਾ, ਸਵੇਰੇ ਭੱਜੇ ਜਾਣਾ ਸੀ। 19 ਨੰਬਰ ਸਾਡੇ ਘਰ ਦਾ ਨਾਂ ਸੀ, ਨੰਬਰ ਸੀ ਉਹਦੇ, ਨੰਬਰ ਸੀਗੇ ਘਰਾਂ ਦੇ ਆਪਣੇ, ਸਾਰੇ ਪਿੰਡਾਂ ਦੇ ਵਿੱਚ ਬਿਲਕੁਲ ਸਿੱਧੀਆਂ ਬੀਹਾਂ, ਕ੍ਰਾਸ ਬੀਹੀਂ ਸਿੱਧੀ, ਤਿੰਨ ਤਿੰਨ ਹੁੰਦੀਆਂ, ਇੱਕ ਸੈਂਟਰ ਦੀ, ਇੱਕ ਇੱਧਰ ਦੀ, ਇੱਕ ਇੱਧਰ ਦੀ, ਇਸੇ ਤਰ੍ਹਾਂ ਇੱਕ ਇੱਧਰੋਂ, ਇੱਕ ਸੈਂਟਰ ਦੀ, ਇੱਕ ਤਿੰਨ ਤਿੰਨ, ਮਤਲਬ ਡੱਬਿਆਂ 'ਚ ਘਰ ਸੀ ਉਹ ਸਿੱਧੀ, ਇੱਧਰੋਂ ਦੇਖ ਪਿੰਡ ਦੇ ਅਖੀਰ 'ਤੇ ਬੰਦਾ ਖੜ੍ਹਾ ਦਿੰਦਾ ਸੀ ਸਾਡੇ ਪਿੰਡ ਦਾ, ਇਹੋ ਜਿਹਾ ਨਕਸ਼ਾ ਸੀ, ਬਹੁਤ ਵਧੀਆ। ਇਹੋ ਜਿਹੀ ਬਣਤਰ ਹੀ ਨਹੀਂ ਮੈਂ ਦੇਖੀ ਮੁੜ ਕੇ ਆ ਕੇ ਇੱਧਰ ਕਿਸੇ ਪਿੰਡ ਦੀ, ਜਿਹੜੀ ਸਾਡੇ ਪਿੰਡ ਦੀ ਬਣਤਰ ਸੀ। ਇਹ ਜ਼ਿੰਦਗੀ ਸੀ ਉੱਥੇ ਦੀ ਜ਼ਿੰਦਗੀ, ਕਹਿੰਦਾ ਇੱਥੇ ਦਾ ਬਹੁਤ ਜ਼ਿਆਦਾ ਫਰਕ ਆਇਆ, ਇਹ ਫਰਟੀਲਿਟੀ ਹੈ ਨਹੀਂ ਸੀ, ਇੱਧਰ ਪਾਣੀ ਨਹੀਂ ਸੀਗਾ, ਇੱਥੇ ਰੇਤਾ ਸੀ, ਬਹੁਤ ਵੱਡੇ ਵੱਡੇ ਟਿੱਬੇ ਸੀ, ਮਿਹਨਤ ਦਾ ਬਹੁਤ ਕੀਤੀ ਅਸੀਂ ਵੀ ਇੱਧਰ ਆ ਕੇ, ਬਹੁਤ ਮਿਹਨਤ ਕੀਤੀ, ਖੂਹ ਲਾਏ ਤਾਂ ਫਸਲ ਹੋਣ ਲੱਗੀ ਕੋਈ, ਨਹੀਂ ਤਾਂ ਮਾਰੂ ਜ਼ਮੀਨ ਸੀ, ਜ਼ਿਆਦਾ ਵਰਸਣ ਨਹੀਂ ਸੀ ਇੱਥੇ ਹੁੰਦਾ, ਅਸੀਂ ਦੇਖਿਆ ਨਹੀਂ ਸੀਗਾ। ਇੱਥੇ ਚਾਰਾ ਖੰਡੇ ਨੂੰ ਅਸੀਂ ਖੰਡਾ ਹੀ ਕਹਿੰਦੇ ਸੀ, ਇਹਦਾ ਚਾਰਾ ਕਹਿੰਦੇ ਨੂੰ ਅਸੀਂ ਖੰਡਾ ਕਹਿੰਦੇ ਸੀਗੇ, ਉਹ ਖੰਡਾ ਹੀ ਹੁੰਦਾ ਸੀ, ਹੁਣ ਇੱਥੇ ਵਰਸਣ ਹੁੰਦਾ। ਗੰਨੇ ਅਸੀਂ ਉੱਧਰ ਬੀਜਦੇ ਸੀ, ਇੱਧਰ ਵੀ ਬੀਜਣ ਲੱਗ ਗਏ ਸੀਗੇ, ਪਰ ਗੰਨੇ ਇੱਧਰ ਚੱਲੇ ਨਹੀਂ, ਉਹ ਫਸਲ ਨਹੀਂ ਚੱਲੀ, ਛੱਲੀਆਂ ਮੱਕੀ ਨਹੀਂ ਚੱਲੀ ਸਾਡੇ ਲਹਿਰ ਪਿਛਲੇ ਪਿੰਡਾਂ ਵਾਲੇ ਚੀਜ਼ ਚੱਲਦੀ ਸੀਗੀ, ਗੰਨੇ ਵੀ ਬਹੁਤ ਸੀ, ਫਸਲ ਛੱਲੀਆਂ ਵੀ ਬਹੁਤ ਸੀ। ਜਿੰਨੀ ਉੱਥੇ ਸਹੂਲਤ ਸੀ ਸਾਨੂੰ ਲਾਇਲਪੁਰ ਦੇ ਵਿੱਚ, ਹਾਲੇ ਤੱਕ ਇੱਥੇ ਸਾਨੂੰ ਮਿਲੀ ਨਹੀਂ ਹੈਗੀ। ਹਾਲੇ ਤੱਕ ਸਾਡਾ ਮਨ ਉਹ ਚੀਜ਼ 'ਤੇ ਜ਼ਿਆਦਾ ਜਾਂਦਾ ਵੀ ਅਸੀਂ ਉੱਥੇ ਬਹੁਤ ਸੌਖੇ ਸੀ। ਦੇਖੋ ਜੇ ਐਸੇ ਮਨ ਨੂੰ ਲਈਏ ਤਾਂ ਉਹ ਮਨ ਜ਼ਿਆਦਾ ਵਧੀਆ ਸੀਗਾ ਸਾਡਾ, ਇੱਥੇ ਉਹ ਮਨ ਹੈ ਨਹੀਂ, ਨਾ ਤਾਂ ਇੱਥੇ ਐਜੂਕੇਸ਼ਨ ਦੇਖੀ ਅਸੀਂ, ਹੁਣ ਤਾਂ ਚਲੋ ਬੜਾ ਫਰਕ ਪੈ ਗਿਆ। ਉਸ ਹਿਸਾਬ ਦੇ ਨਾਲ ਤਾਂ ਹਾਲੇ ਵੀ ਮਨ ਉੱਥੇ ਆ ਵੀ ਉਹ ਲੋਕ ਜਿਹੜੇ ਬੜੇ ਕੋਰਡੀਅਲ ਸੀਗੇ, ਸਾਡੇ ਮੁਸਲਮਾਨ ਭਾਈ ਸੀ ਸਾਡੇ ਨਾਲ ਬੜਾ ਵਿਹਾਰ ਉਹਨਾਂ ਦੇ ਚੰਗੇ ਸੀਗੇ, ਹਾਲੇ ਵੀ ਬਹੁਤ ਚੰਗੇ ਨੇ। ਮੈਂ ਇੱਥੋਂ ਜਾਂਦੇ ਨੇ ਲੋਕ, ਮੈਂ ਤਾਂ ਨਹੀਂ ਜਾ ਸਕਿਆ, ਕਰਤਾਰਪੁਰ ਜਾਂਦੇ ਨੇ, ਹੋਰ ਜਾਂਦੇ ਨੇ, ਸਾਡੇ ਪਿੰਡ ਦੇ ਵੀ ਉੱਥੇ ਬੰਦੇ ਮਿਲੇ ਨੇ ਇਹਨਾਂ ਨੂੰ, ਉਹ ਹਾਲੇ ਵੀ ਪਿਆਰ ਕਰਦੇ ਨੇ ਲੋਕ, ਆਪਸ ਵਿੱਚ ਹੀ ਪਿਆਰ ਨਹੀਂ ਗਿਆ ਹੈਗਾ। ਉਹਨਾਂ ਦਾ ਮੋਹ ਆਉਂਦਾ, ਮੈਨੂੰ ਆਉਂਦਾ, ਉਹ ਨਿਆਮਤ ਮਰ ਗਿਆ ਬੇਸ਼ੱਕ, ਮੈਨੂੰ ਹਾਲੇ ਤੱਕ ਉਹਦਾ ਨਾਂ ਯਾਦ ਆ, ਮੇਰੇ ਨਾਲ ਪੜ੍ਹਦਾ ਸੀ ਨਿਆਮਤ ਅਲੀ, ਬੜਾ ਲਾਇਕ ਸੀ, ਬੜਾ ਸੋਹਣਾ ਮੁੰਡਾ ਸੀ, ਹੁਣ ਵੀ ਜਾਣ ਬਿਲਕੁਲ, ਉਹਨਾਂ ਦੇ ਪੇਰੈਂਟ ਨੂੰ ਯਾਦ ਕਰਦੇ ਹਾਂ, ਘਰ ਜਾਣਾ ਉਹਨਾਂ ਦੇ, ਖੇਡਦੇ ਸੀ ਇਕੱਠੇ ਅਸੀਂ, ਘਰ ਜਾਣਾ, ਘਰੋਂ ਸੱਦ ਕੇ ਲਿਆਉਣਾ, ਉਹਨੇ ਸਾਡੇ ਘਰਾਂ 'ਚ ਆਉਣਾ, ਇੰਨਾ ਅੱਜ ਤਾਂ ਦੇਖ ਕੇ ਹੀ ਨਹੀਂ ਰਾਜੀ ਕੋਈ। ਮੇਰਾ ਹਾਲੇ ਵੀ ਜੀ ਕਰਦਾ ਜੇ ਵੀਜ਼ਾ ਹੋਵੇ ਤਾਂ ਮੈਂ ਆਪਦੇ ਪਿੰਡ ਜਾ ਸਕਦਾ, ਮੈਂ ਸਭ ਨੂੰ ਜਾਣਦਾ, ਪੁਰਾਣਿਆਂ ਦੇ ਬੱਚਿਆਂ ਨੂੰ ਤਾਂ ਨਹੀਂ ਜਾਣਦੇ, ਉਹਨਾਂ ਦੇ ਪੇਰੈਂਟ ਨੂੰ ਤਾਂ, ਜਿਵੇਂ ਹੁਣ ਤੁਸੀਂ ਇੱਥੇ ਪੁੱਛ ਕੇ ਆ ਗਏ, ਐਂ ਤਾਂ ਹੈਗਾ ਵੀ ਮਹਿੰਗਾ ਸੋਨਾ ਮੁੰਡਾ ਹੈਗਾ ਅਵਤਾਰ ਕੋਈ, ਸ਼ਾਇਦ ਜਾਣਦੇ ਆ ਉਹਨਾਂ ਨੂੰ, ਮੈਂ ਅੱਜ ਵੀ ਜਾਣ ਨੂੰ ਤਿਆਰ ਹਾਂ ਉੱਥੇ, ਨਾਲੇ ਤੁਰਿਆ ਨਹੀਂ ਜਾਂਦਾ, ਜਾਣੀ ਇੰਨਾ ਮੋਹ ਆਉਂਦਾ ਉਹਨਾਂ ਲੋਕਾਂ ਦਾ ਹਾਲੇ ਤੱਕ ਸਾਨੂੰ।